ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆ ਸ਼ਹਿਰ ਆਏ ਦਿਨ ਕੋਈ ਨਾ ਕੋਈ ਸਮੱਸਿਆ ਨੂੰ ਲੈ ਕੇ ਸੁਰੱਖਿਆ ਵਿੱਚ ਰਹਿੰਦਾ ਹੈ। ਗੱਲ ਕਰੀਏ ਗੁਰਾਇਆ ਦੇ ਵਾਰਡ ਨੰਬਰ 9 ਦੇ ਵਾਸੀਆਂ ਦੀ ਤਾਂ ਇੱਥੇ ਦੇ ਵਸਨੀਕ ਲੰਮੇ ਸਮੇਂ ਤੋਂ ਵਾਰਡ ਵਿੱਚ ਗੰਦੇ ਪਾਣੀ ਦੇ ਨਿਕਾਸ ਅਤੇ ਸਫਾਈ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ। ਵਾਰਡ ਵਾਸੀਆਂ ਨੇ 3 ਮਹੀਨੇ ਪਹਿਲਾਂ ਵੀ ਵਾਰਡ ਦੀ ਕੌਂਸਲਰ ਮਨੂ ਜੋਸ਼ੀ ਦੇ ਧਿਆਨ ਵਿੱਚ ਇਹ ਸਮੱਸਿਆਵਾਂ ਲਿਆਂਦੀਆਂ ਸਨ, ਪਰ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੋਇਆ। ਅੱਜ ਵਾਰਡ ਵਾਸੀਆਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਗੁਰਾਇਆ ਦੇ ਕਾਰਜ ਸਾਧਕ ਅਫਸਰ ਰਣਦੀਪ ਸਿੰਘ ਨੂੰ ਆਪਣੀਆਂ ਸਮੱਸਿਆਵਾਂ ਲਈ ਮੰਗ ਪੱਤਰ ਦਿੱਤਾ। ਈਓ ਰਣਦੀਪ ਸਿੰਘ ਨੇ ਵਾਰਡ ਨੰਬਰ 9 ਵਿੱਚ ਜਾ ਕੇ ਵਾਰਡ ਦੀਆਂ ਸਮੱਸਿਆਵਾਂ ਨੂੰ ਦੇਖਿਆ ਅਤੇ ਇੱਕ ਹਫ਼ਤੇ ਵਿੱਚ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਚੇਤਨ ਦਾਸ, ਰਣਜੀਤ ਸਿੰਘ, ਜਤਿੰਦਰ ਕੁਮਾਰ, ਜੋਗਿੰਦਰਪਾਲ, ਬਲਵੀਰ ਸਿੰਘ, ਰਣਜੀਤ ਸਿੰਘ ਚਾਨਾ, ਓਂਕਾਰ ਸਿੰਘ, ਐਨ ਆਰ ਬੰਗੜ, ਸੁਖਵਿੰਦਰ ਸਿੰਘ, ਅਸ਼ੋਕ ਰੱਤੂ, ਜਸਵੀਰ ਕੰਡਾ, ਕੁਲਦੀਪ ਕੁਮਾਰ, ਸੰਜੀਵ ਕੁਮਾਰ, ਜੋਗਿੰਦਰਪਾਲ ਖੋਸਲਾ, ਹਰਦੀਪ ਸਿੰਘ, ਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ। ਅਸੀਂ ਵਾਰਡ ਨੰਬਰ 9 ਤੋਂ ਸਾਰੇ ਨਿਵਾਸੀ ਅੱਜ ਇਕੱਠੇ ਹੋ ਕੇ ਆਏ ਹਾਂ। ਈਓ ਸਾਹਿਬ ਨਾਲ ਮੈਂ ਮੀਟਿੰਗ ਕੀਤੀ ਹੈ ਜੀ। ਸਾਡੀ ਮੇਨ ਸਮੱਸਿਆ ਇਹ ਕਿ ਪਾਣੀ ਦਾ ਜਿਹੜਾ ਸਾਡਾ ਸੀਵਰੇਜ ਦਾ ਪਾਣੀ ਆ, ਇਹਦਾ ਨਿਕਾਸੀ ਦਾ ਕੋਈ ਆਪਣੇ ਪ੍ਰਬੰਧ ਨਹੀਂ ਕੀਤਾ ਗਿਆ। ਜਦੋਂ ਬਾਰਿਸ਼ ਮਾੜੀ ਜਿਹੀ ਬਾਰਿਸ਼ ਆਉਂਦੀ ਆ, ਉਹ ਸਾਰਾ ਪਾਣੀ ਜਿਹੜਾ ਹੈਗਾ ਆ ਛੱਪੜ ਦੇ ਰੂਪ ਦੇ ਵਿੱਚ ਇਕੱਠਾ ਹੋ ਕੇ ਸੀਵਰੇਜ ਦਾ ਹੀ ਬਾਹਰ ਆ ਜਾਂਦਾ ਅਤੇ ਉਹਦੇ ਨਾਲ ਬਿਮਾਰੀਆਂ ਫੈਲਦੀਆਂ। ਉਹਦੇ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ 2-3 ਘਰਾਂ ਦੇ ਬਹੁਤ ਬਿਮਾਰ ਹੋ ਗਏ। ਔਰ ਇਹ ਸਮੱਸਿਆ ਅੱਜ ਤੋਂ ਨੇ ਤਕਰੀਬਨ ਜਦੋਂ ਤੋਂ ਅਸੀਂ ਇੱਥੇ 15-20 ਸਾਲ ਤੋਂ ਆਏ ਹਾਂ, ਇਹਦਾ ਨਾਲੀਆਂ ਬਣਾ ਦਿੱਤੀਆਂ, ਪਰ ਨਾਲੀਆਂ ਦੇ ਪਾਣੀ ਦਾ ਜਿਹੜਾ ਸੀਵਰੇਜ ਸਾਡੇ ਸਮੁੱਚੇ 9 ਨੰਬਰ ਵਾਰਡ ਦੇ ਵਿੱਚ ਸੀਵਰੇਜ ਨਾ ਹੋਣ ਕਰਕੇ ਇਹ ਜਿਹੜੀ ਸਮੱਸਿਆ ਆ ਰਹੀ ਆ। ਬਾਕੀ ਜਿਹੜੀ ਸਫਾਈ ਦਾ ਪ੍ਰਬੰਧ ਹੈ, ਜੇ ਉਹਦੇ ਵਿੱਚ ਸਫਾਈ ਦੇ ਵਿੱਚ ਗਾਰਬੇਜ ਕੱਢ ਵੀ ਲੈਂਦੇ, ਕੂੜਾ ਕਰਕਟ ਕੱਢ ਵੀ ਜਾਂਦੇ ਆ, ਉਹ 4-4 ਦਿਨ ਉਹ ਉਠਾਇਆ ਨਹੀਂ ਜਾਂਦਾ, ਔਰ ਉਹ ਜਿਹੜਾ ਹੈਗਾ ਉੱਥੇ ਦੀ ਜਿਹੜੀ ਆਪਣੀ ਗੱਡੀਆਂ ਵਹੀਕਲ ਵਗੈਰਾ ਵਗੈਰਾ ਲੰਘਦੇ, ਉਹ ਸਾਰਾ ਜਿਹੜਾ ਕੂੜਾ ਫਿਰ ਦੁਬਾਰਾ ਨਾਲੀਆਂ ਦੇ ਵਿੱਚ ਚਲੇ ਜਾਂਦਾ। ਇਹ ਮੇਨ ਸਮੱਸਿਆ ਹੁਣ ਇਸ ਟਾਈਮ ਦੇ ਵਿੱਚ ਆਪਣੇ ਡੇਂਗੂ ਦਾ ਪਹਾੜ ਬਹੁਤ ਜ਼ੋਰਾਂ 'ਤੇ ਆ, ਜਦੋਂ ਕਿ ਪਾਣੀ ਆ ਬਿਲਕੁਲ ਨਾਲੀਆਂ ਦੇ ਉੱਪਰ ਖੜ੍ਹਾ ਆ, ਔਰ ਨਾਲੀਆਂ ਦੀ ਜਿਹੜੀ ਹਾਲਤ ਵੀ ਬਹੁਤ ਜ਼ਿਆਦਾ ਆ, ਔਰ ਉਹ ਨਾਲੀਆਂ ਵੀ ਕਾਲੇ ਦੇ ਰੂਪ ਦੇ ਵਿੱਚ ਬਣ ਗਈ ਆ। ਇਹ ਸਮੱਸਿਆ ਜਿਹੜੀ ਹੈਗੀ ਆ, ਜੇਕਰ ਇਹਦਾ ਨਾ ਦੂਰ ਕੀਤਾ ਜਾਵੇ ਤਾਂ ਬਹੁਤ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹੈ। ਈਓ ਸਾਹਿਬ ਨੇ ਸਾਨੂੰ ਭਰੋਸਾ ਦਵਾਇਆ, ਅੱਜ ਅਸੀਂ ਉਹਨਾਂ ਨੂੰ ਮਿਲੇ ਹਾਂ ਕਿ ਅਸੀਂ ਉਹਨਾਂ ਨੂੰ ਮੀਟਿੰਗ ਲੈ ਕੇ ਮੌਕਾ ਦੇਖਣਗੇ, ਮੌਕੇ 'ਤੇ ਵਿਜਿਟ ਕਰਕੇ ਉਸ ਤੋਂ ਬਾਅਦ ਦਾ ਹੱਲ ਕੱਢਣ ਦੇ ਸਾਨੂੰ ਉਹਨੇ ਭਰੋਸਾ ਦਵਾ ਕੇ, ਔਰ ਜਲਦੀ ਹੱਲ ਕੱਢਣ ਲਈ ਸਾਨੂੰ ਜਿਹੜਾ ਫਰਕ। ਓਕੇ, ਅੱਜ ਵਾਰਡ ਨੰਬਰ 9 ਦੇ ਕੁਛ ਵਸਨੀਕ ਮੈਨੂੰ ਮਿਲੇ ਆ ਕੇ, ਉਹਨਾਂ ਨੇ ਮੰਗ ਪੱਤਰ ਦਿੱਤਾ ਕਿ ਉਹਨਾਂ ਦੇ ਵਾਰਡ 'ਚ ਕੁਛ ਪ੍ਰੋਬਲਮਸ ਨੇ ਸਫਾਈ ਰਿਲੇਟਡ ਜਾਂ ਪਾਣੀ ਦੀ ਓਵਰਫਲੋ ਸੰਬੰਧੀ, ਉਹ ਸਾਰੇ ਆਪਾਂ ਨੋਟ ਕਰ ਲਿਆ ਆ ਅਤੇ ਜੇ ਦੀ ਡਿਊਟੀ ਲਗਾ ਦਿੱਤੀ ਹੈ। ਬਾਅਦ ਦੁਪਹਿਰ ਮੈਂ ਵੀ ਉਹਦਾ ਮੌਕਾ ਦੇਖਾਂਗਾ ਅਤੇ ਇਹ ਜਿਹੜੀਆਂ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਇਹ ਪਹਿਲ ਦੇ ਆਧਾਰ 'ਤੇ ਹੱਲ ਕਰਤੀਆਂ ਜਾਣਗੀਆਂ। ਦੁਬਾਰਾ ਬੋਲਦੇ ਸਰ ਇੱਕ ਵਾਰੀ ਤੇ ਇਹ ਅੱਜ ਵਾਰਡ ਨੰਬਰ 9 ਦੇ ਵਸਨੀਕਾਂ ਨੇ ਮੈਨੂੰ ਮੰਗ ਪੱਤਰ ਦਿੱਤਾ ਹੈ ਕਿ ਉਹਨਾਂ ਦੇ ਵਾਰਡ ਵਿੱਚ ਪਾਣੀ ਦੀ ਔਰ ਸਫਾਈ ਦੀ ਕੋਈ ਸਮੱਸਿਆ ਹੈਗੀ ਹੈ। ਇਸ ਸੰਬੰਧੀ ਆਪਾਂ ਅੱਜ ਹੀ ਉਹਨਾਂ ਦਾ ਮੌਕਾ ਦੇਖ ਕੇ ਅਤੇ ਜੋ ਵੀ ਉੱਥੇ ਕਾਰਵਾਈ ਕਰਨੀ ਹੋਈ ਆਪਾਂ ਉਹਨਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ।